ਸੋ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਅਮਨ ਅਰੋੜਾ, ਉਹਨਾਂ ਨੇ ਵੀ ਡੋਪ ਟੈਸਟ ਕਰਵਾ ਲਿਆ। ਕਾਂਗਰਸ ਵੱਲੋਂ ਵੀ, ਕਾਂਗਰਸ ਦੇ ਆਗੂ ਜਿਹੜੇ ਨੇ ਉਹ ਵੀ ਅੱਗੇ ਆ ਰਹੇ ਨੇ ਡੋਪ ਟੈਸਟ ਦੇ ਲਈ, ਪਰ ਹਾਲੇ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਆਗੂ ਜਿਹੜਾ ਹੈ ਉਹ ਅੱਗੇ ਨਹੀਂ ਆਇਆ। ਅਤੇ ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਸਾਡੇ ਨਾਲ ਲਾਈਵ ਜੁੜ ਗਏ ਨੇ। ਅਰੋੜਾ ਜੀ, ਇੰਡੀਆ ਨਿਊਜ਼ ਪੰਜਾਬ 'ਤੇ ਬਹੁਤ ਬਹੁਤ ਸਵਾਗਤ। ਅਰੋੜਾ ਜੀ, ਤੁਹਾਡੇ ਵੱਲੋਂ ਵੀ ਪਹਿਲ ਕਰ ਲਈ ਗਈ ਹੈ, ਕਾਂਗਰਸ ਵੱਲੋਂ ਵੀ ਪਹਿਲ ਕਰ ਲਈ ਗਈ ਹੈ, ਅਤੇ ਪਰ ਸ਼੍ਰੋਮਣੀ ਅਕਾਲੀ ਦਲ ਕਿਤੇ ਨਾ ਕਿਤੇ ਅਜੇ ਪਿੱਛੇ ਰਹਿ ਗਿਆ ਡੋਪ ਟੈਸਟ ਕਰਵਾਉਣ ਦੇ ਵਿੱਚ। ਸਰਕਾਰ ਦੇ ਇਸ ਫੈਸਲੇ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਵੇਖ ਰਹੇ ਹੋ? ਹਾਲਾਂਕਿ ਤੁਹਾਡੇ ਵੱਲੋਂ ਕਈ ਸਵਾਲ ਵੀ ਚੁੱਕੇ ਗਏ ਨੇ, ਤੁਹਾਡੇ ਵੱਲੋਂ ਇਹ ਕਿਹਾ ਗਿਆ ਕਿ ਇਸ ਤਰੀਕੇ ਦੇ ਨਾਲ ਜਿਹੜਾ ਇਹ ਡੋਪ ਟੈਸਟ ਜਿਹੜਾ ਲਾਜ਼ਮੀ ਕੀਤਾ ਗਿਆ ਉਸ ਦੇ ਨਾਲ ਕੁਝ ਨਹੀਂ ਹੋਣ ਵਾਲਾ। ਮੈਂ ਕੈਪਟਨ ਅਮਰਿੰਦਰ ਸਿੰਘ ਨੇ ਜੋ ਐਲਾਨ ਕੀਤਾ ਸੀਗਾ ਕਿ ਸਾਰੇ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਹੋਣਾ ਚਾਹੀਏ, ਮੈਂ ਉਹਦਾ ਸਵਾਗਤ ਕਰਦਾ, ਕੋਈ ਨੁਕਸਾਨ ਨਹੀਂ ਹੈ। ਪਰ ਨਾਲ ਹੀ ਸਵਾਲ ਇਹ ਵੱਡਾ ਪੈਦਾ ਹੁੰਦਾ ਕਿ ਪਿਛਲੇ ਲੰਮੇ ਸਮੇਂ ਤੋਂ ਪੋਲੀਟੀਸ਼ੀਅਨਸ ਦਾ, ਪੁਲਿਸ ਦਾ ਔਰ ਡਰੱਗ ਮਾਫੀਆ ਦਾ ਨੈਕਸਸ ਦੀ ਵਜ੍ਹਾ ਕਰਕੇ ਪੰਜਾਬ ਦੀ ਜਵਾਨੀ ਬਰਬਾਦ ਹੋਈ ਹੈ। ਅੱਜ ਸਵਾਲ ਇਹ ਖੜਾ ਹੁੰਦਾ ਹੈ ਕਿ ਕੋਈ ਕੋਈ ਲੀਡਰ, ਕੋਈ ਪੋਲੀਟੀਸ਼ੀਅਨ ਜਾਂ ਉਸਦਾ ਬੱਚਾ ਜਾਂ ਕਿਸੇ ਸੀਨੀਅਰ ਪੁਲਿਸ ਅਫਸਰ ਦਾ ਬੱਚਾ, ਜੋ ਅੱਜ ਹਾਲਾਤ ਹੋਏ ਪਏ ਨੇ ਚਿੱਟੇ ਦੀ ਵਜ੍ਹਾ ਕਰਕੇ ਨੌਜਵਾਨ ਮਰ ਰਹੇ ਨੇ, ਉਹਨਾਂ ਚੋਂ ਕਿਸੇ ਨੂੰ ਮਰਦੇ ਦੇਖਿਆ? ਨਹੀਂ ਦੇਖਿਆ ਹੋਣਾ ਤੁਸੀਂ। ਉਹ ਕਿਉਂ? ਕਿਉਂਕਿ ਲੋਕਾਂ ਦੇ ਬੱਚਿਆਂ ਨੂੰ ਇਸ ਨੈਕਸਸ ਨੇ ਨਸ਼ਿਆਂ ਉੱਪਰ ਲਾ ਦਿੱਤਾ, ਸਿਰਫ ਔਰ ਸਿਰਫ ਆਪਦੀ ਪੈਸੇ ਦੀ ਹਵਸ ਕਰਕੇ। ਇਹ ਇੱਕ ਵੈਲਕਮ ਸਟੈਪ ਹੈ ਉਹਨਾਂ ਦੇ, ਕੈਪਟਨ ਅਮਰਿੰਦਰ ਸਿੰਘ ਦੇ ਇਸ ਫੈਸਲੇ ਤੋਂ ਬਾਅਦ। ਮੈਂ ਐਕਸਪੈਕਟ ਤਾਂ ਇਹ ਕਰ ਰਿਹਾ ਸੀਗਾ ਕਿ ਉਹ ਆਪ ਅੱਗੇ ਆਉਣਗੇ, ਜੇ ਮੁੱਖ ਮੰਤਰੀ ਨੇ ਕਰਾ ਲਿਆ ਤਾਂ ਉਹਨਾਂ ਦੀ ਦੇਖੋ ਦੇਖੀ ਮੰਤਰੀਆਂ ਨੇ, MLA ਨੇ, ਸਾਰੇ ਅਫਸਰਾਂ ਨੇ ਆਪਣੇ ਆਪ ਕਰਾ ਲੈਣਾ ਸੀਗਾ, ਪਰ ਉਹ ਨਹੀਂ ਆਇਆ ਹੈਗਾ। ਕੋਈ ਗੱਲ ਨਹੀਂ, ਮੈਂ ਅੱਜ ਆਪਦੇ ਪੱਧਰ ਦੇ ਉੱਪਰ ਕਰਾ ਕੇ ਆਇਆ ਸਿਰਫ ਇੱਕ ਮੈਸੇਜ ਦੇਣ ਦੇ ਲਈ, ਔਰ ਮੈਂ ਸਮਝਦਾ ਕਿ ਇਹਦੇ ਵਿੱਚ ਕੋਈ ਬਹੁਤ ਪੋਲੀਟੀਕਲ ਨੰਬਰਸ ਲੈਣ ਦੀ ਜਾਂ ਦੀ ਗੱਲ ਵੀ ਨਹੀਂ ਹੋਣੀ ਚਾਹੀਦੀ ਹੈਗੀ। ਮੈਂ, ਮੇਰੇ ਕੋਲ ਤੁਹਾਡੇ ਵਰਗੇ ਕੁਛ ਪੱਤਰਕਾਰ ਭਰਾਵਾਂ ਨੇ ਗੱਲ ਕੀਤੀ ਕਿ ਇਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਫੈਸਲਾ ਸੁਣਾਇਆ, ਔਰ ਅੱਜ ਤ੍ਰਿਪਤ ਰਜਿੰਦਰ ਬਾਜਵਾ ਜੀ ਉਹ ਡੋਪ ਟੈਸਟ ਕਰਾਉਣ ਜਾ ਰਹੇ ਨੇ, ਤੁਸੀਂ ਕਦੋਂ ਕਰਾਉਣ ਜਾ ਰਹੇ ਹੋ? ਮੈਂ ਕਿਹਾ ਜੀ, ਸ਼ੁਭ ਕੰਮ ਦੇ ਵਿੱਚ ਦੇਰੀ ਕਿਉਂ ਕਰਨੀ ਹੈ, ਹੁਣੇ ਮੇਰੇ ਨਾਲ ਚੱਲੋ, ਮੈਂ ਹੁਣੇ ਜਾ ਕੇ ਕਰਾਇਆ ਨਾ। ਸੋ ਅੱਜ ਬੜਾ ਇੰਪ੍ਰੋਮਪਟੂ ਮੇਰਾ ਡੋਪ ਟੈਸਟ ਹੋਇਆ। ਮੇਰੀ ਕੋਈ ਇਸ ਤਰ੍ਹਾਂ ਦੀ ਖਬਰਾਂ ਬਟੋਰਨ ਦੀ ਮੇਰੀ ਆਦਤ ਕਦੇ ਵੀ ਨਹੀਂ ਹੁੰਦੀ ਹੈਗੀ, ਪਰ ਸਵਾਲ ਅੱਜ ਵੱਡਾ ਇਹ ਹੁੰਦਾ ਕਿ ਕੀ ਸਾਡੇ ਵਰਗੇ ਲੋਕਾਂ ਦੇ ਡੋਪ ਟੈਸਟ ਕਰਾਉਣ ਦੇ ਨਾਲ ਪੰਜਾਬ 'ਚ ਨਸ਼ਾ ਖਤਮ ਹੋ ਜਾਊਗਾ? ਇਹ ਉਸ ਦਿਨ ਖਤਮ ਹੋਊਗਾ ਭਾਈ ਸਾਹਿਬ ਵਾਸੂ ਜੀ, ਜਿਸ ਦਿਨ ਪੰਜਾਬ ਦੇ ਸਾਰੇ ਪੋਲੀਟੀਕਲ ਲੀਡਰਸ, ਸਾਰੇ ਪੁਲਿਸ ਅਫਸਰ ਆਪਦੇ ਗੁਰੂਆਂ ਪੀਰਾਂ ਦੀ, ਮੰਦਰ ਗੁਰਦੁਆਰਿਆਂ ਦੀ, ਆਪਦੇ ਬੱਚਿਆਂ ਦੀਆਂ ਸੌਂ ਖਾ ਲਾਂਗੇ ਅਸੀਂ, ਕਿ ਅਸੀਂ ਨਾ ਨਸ਼ਾ ਵੇਚਣ ਵਾਲੇ ਨੂੰ, ਨਾ ਨਸ਼ਾ ਵਿਕਵਾਉਣ ਵਾਲੇ ਨੂੰ, ਨਾ ਤਸਕਰੀ ਕਰਨ ਵਾਲੇ ਨੂੰ, ਤੇ ਨਾ ਕਿਸੇ ਤਸਕਰ ਨੂੰ ਅਸੀਂ ਥਾਣਿਆਂ ਦੇ ਵਿੱਚੋਂ, ਪੁਲਿਸ ਸਟੇਸ਼ਨਾਂ ਦੇ ਵਿੱਚੋਂ ਅਸੀਂ ਨਹੀਂ ਛੁਡਾਵਾਂਗੇ। ਉਸ ਦਿਨ ਨਸ਼ੇ ਦਾ ਅੰਤ ਹੋਊਗਾ। ਇਹ ਮੈਂ ਸਮਝਦਾ ਕਿ ਕਿਉਂਕਿ ਇੱਕ ਪਬਲਿਕ ਮੂਵਮੈਂਟ ਉੱਠੀ ਹੋਈ ਹੈ, ਲੋਕ ਅੱਜ ਆਪ ਮੁਹਾਰੇ ਹੋ ਕੇ ਸਰਕਾਰ ਨੂੰ ਸਵਾਲ ਕਰ ਰਹੇ ਨੇ, ਕੱਲ ਹਾਈਕੋਰਟ ਦੇ ਵਿੱਚ ਵੀ ਕੈਪਟਨ ਸਾਹਿਬ ਨੂੰ ਝਾੜ ਪਈ ਹੈ, ਤੇ ਉਸ ਚੀਜ਼ ਤੋਂ ਇੱਕ ਪਰਦੇ ਪਾਉਣ ਦੇ ਲਈ ਕਦੇ ਕਹਿੰਦੇ ਨੇ ਫਾਂਸੀ ਦੀ ਸਜ਼ਾ ਕਰ ਦਿਓ ਜੀ, ਕਦੇ ਡੋਪ ਟੈਸਟ ਕਰ ਦਿਓ ਜੀ। ਇਹ ਚੀਜ਼ਾਂ, ਜਿਨ ਕੋਈ ਵੀ ਸਟੈਪ ਜਿਹੜਾ ਨਸ਼ੇ ਨੂੰ ਰੋਕਣ ਦੇ ਲਈ ਲਿਆ ਜਾਊਗਾ, ਅਸੀਂ ਉਹਦਾ ਵੈਲਕਮ ਕਰਦੇ ਹਾਂ, ਪਰ ਇੰਨੇ ਨਾਲ ਲੋਕਾਂ ਦੀ ਅੱਖਾਂ ਨਹੀਂ ਪੂੰਜੀਆਂ ਜਾਣੀਆਂ ਹੈਗੀਆਂ। ਅੱਜ ਬੱਚੇ, ਛੋਟੇ ਛੋਟੇ 20-22 ਸਾਲ ਦੇ ਬੱਚੇ ਮਰ ਰਹੇ ਨੇ, ਨੌਜਵਾਨ ਸਾਡੇ ਸਾਥੀ, ਪੁਖਤਾ ਕਦਮ ਨੇ ਜਿਹੜੇ ਉਹ ਚੱਕਣੇ ਪੈਣਗੇ, ਨੈਕਸਸ ਹੈ ਤੋੜਨਾ ਪਊਗਾ, ਤੇ ਜਿਹੜੀਆਂ ਵੱਡੀਆਂ ਮੱਛੀਆਂ ਨੇ, ਮਗਰਮੱਛ ਨੇ ਜਿਹੜੇ, ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸਿੱਟਣਾ ਪਊਗਾ। ਤਾਂ ਇਹ ਬਿਲਕੁਲ, ਅਰੋੜਾ ਜੀ, ਨੋ ਡਾਊਟ ਇਟਸ ਏ ਵੈਲਕਮ ਸਟੈਪ ਜਿਹੜਾ ਵੀ ਇਹ ਫੈਸਲਾ ਲਿਆ ਗਿਆ ਹੈ, ਇਹ ਇਸ ਦਾ ਸਾਰੀਆਂ ਪਾਰਟੀਆਂ ਵੱਲੋਂ ਵੈਲਕਮ ਵੀ ਕੀਤਾ ਜਾ ਰਿਹਾ, ਔਰ ਇਹ ਵੀ ਇੱਕ ਬਹੁਤ ਚੰਗੀ ਸ਼ੁਰੂਆਤ ਕੀਤੀ ਕਿ ਤੁਸੀਂ ਆਪਣਾ ਡੋਪ ਟੈਸਟ ਕਰਵਾਉਣ ਗਏ ਹੋ। ਆਮ ਆਦਮੀ ਪਾਰਟੀ ਵੱਲੋਂ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਤੁਸੀਂ ਸਭ ਤੋਂ ਪਹਿਲਾਂ ਉੱਥੇ ਪਹੁੰਚੇ, ਪਰ ਸਵਾਲ ਇਹ ਵੀ ਉੱਠ ਰਿਹਾ, ਜਿਵੇਂ ਕਾਂਗਰਸ ਪਾਰਟੀ ਵੱਲੋਂ ਇਹ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਜੀ ਤਾਂ ਪਹੁੰਚ ਕੇ, ਕੀ ਸੁਖਪਾਲ ਖਹਿਰਾ ਪਹੁੰਚਣਗੇ ਡੋਪ ਟੈਸਟ ਕਰਵਾਉਣ? ਦੇਖੋ, ਇਸ ਤਰ੍ਹਾਂ ਕਿ ਮੈਂ ਸਮਝਦਾ ਕਿ ਜਦੋਂ ਲੋਕ ਵੋਟ ਪਾਉਂਦੇ ਨੇ ਲੋਕਤੰਤਰ ਦੇ, ਚਾਹੇ ਕੋਈ ਪੰਚਾਇਤ ਮੈਂਬਰ ਹੈ ਤੇ ਚਾਹੇ ਮੁੱਖ ਮੰਤਰੀ ਹੈ, ਉਹ ਇੱਕ ਵਿਸ਼ਵਾਸ ਦੇ ਨਾਲ ਪਾਉਂਦੇ ਨੇ। ਜਦੋਂ ਬੰਦਾ ਪੋਲਿਟਿਕਸ ਦੇ ਵਿੱਚ ਆ ਜਾਂਦਾ, ਸਮਾਜ ਦੇ ਵਿੱਚ ਆ ਜਾਂਦਾ, ਤੇ ਮੈਂ ਸਮਝਦਾ ਕਿ ਉਹਨੂੰ ਇੱਕ ਆਈਡਲ, ਇੱਕ ਇਸ ਤਰ੍ਹਾਂ ਦੀ ਪਿਕਚਰ ਪੇਸ਼ ਕਰਨੀ ਚਾਹੀਦੀ ਹੈ, ਉਹ ਰੋਲ ਮਾਡਲ ਹੋਣਾ ਚਾਹੀਦਾ ਸੋਸਾਇਟੀ ਦਾ। ਮੈਂ ਆਪ ਮੁਹਾਰਾ ਹੋ ਕੇ ਆਪਦੀ ਖੁਸ਼ੀ ਦੇ ਨਾਲ ਇਹ ਟੈਸਟ ਕਰਾ ਕੇ, ਮੈਂ ਸਮਝਦਾ ਕਿ ਇਕੱਲੇ ਸੁਖਪਾਲ ਖਹਿਰਾ ਜਾਂ ਭਗਵੰਤ ਮਾਨ ਦੀ ਗੱਲ ਕਿਉਂ ਕਰਦੇ ਹਾਂ, ਪੰਚਾਇਤ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਸਾਰੇ ਨੂੰ ਇਸ ਦੇ ਵਿੱਚ ਅੱਗੇ ਆਉਣਾ ਚਾਹੀਦਾ। ਮੈਂ ਇੱਕ ਟਵੀਟ ਕੀਤਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ, ਮੈਂ ਬੇਨਤੀ ਕੀਤੀ ਹੈ ਕਿ ਜੇ ਉਹ ਆਪ ਪਹਿਲਾਂ ਟੈਸਟ ਕਰਾ ਲੈਂਦੇ ਤਾਂ ਮੇਰੇ ਖਿਆਲ 'ਚ ਆਪਣੇ ਆਪ ਸਾਰੀ ਪੋਲੀਟੀਕਲ ਕਲਾਸ ਨੇ ਕਰਾ ਲੈਣਾ ਸੀਗਾ, ਸਾਰੇ ਨੂੰ ਅੱਗੇ ਆਉਣਾ ਚਾਹੀਦਾ। ਪਰ ਇਸ ਤੋਂ ਵੀ ਵੱਡਾ ਫੈਸਲਾ, ਵੱਡੀਆਂ ਕਸਮਾਂ, ਵੱਡਾ ਤਹੱਈਆ ਸਾਨੂੰ ਲੋਕਾਂ ਨੂੰ ਕਰਨਾ ਪਊਗਾ ਕਿ ਅਸੀਂ ਕਿਸੇ ਡਰੱਗ ਤਸਕਰ ਦੀ, ਕਦੇ
ਪਿੱਠ ਤੇ ਨਹੀਂ ਖੜਾਂਗੇ, ਉਹਨੂੰ ਬਚਾਉਣ ਦੀ ਬਜਾਏ ਉਹਨੂੰ ਸਲਾਖਾਂ ਦੇ ਪਿੱਛੇ ਸਿੱਟਣ ਦਾ ਅਸੀਂ ਕੰਮ ਕਰਾਂਗੇ ਤਾਂ ਇਹ ਕੰਮ ਖਤਮ ਹੋਏਗਾ। ਅਰੋੜਾ ਸਾਹਿਬ, ਇਹ ਵੀ ਇਲਜ਼ਾਮ ਲੱਗਦੇ ਰਹੇ ਨੇ ਜਿੰਨੇ ਵੀ, ਭਾਵੇਂ ਕੋਈ ਵੀ ਪਾਰਟੀ ਹੋਵੇ, ਭਾਵੇਂ ਉਹ ਅਕਾਲੀ ਦਲ ਦੇ ਹੋਣ, ਭਾਵੇਂ ਉਹ ਕਾਂਗਰਸ ਹੋਵੇ ਅਤੇ ਭਾਵੇਂ ਆਮ ਆਦਮੀ ਪਾਰਟੀ ਦੇ, ਜਿਵੇਂ ਤੁਹਾਡੇ ਵੀ ਕਈ ਲੀਡਰਸ ਹੈਗੇ ਨੇ ਜਿਨ੍ਹਾਂ 'ਤੇ ਅਜਿਹੇ ਇਲਜ਼ਾਮ ਲੱਗਦੇ ਰਹੇ ਨੇ, ਜਿਵੇਂ ਭਾਵੇਂ ਭਗਵੰਤ ਮਾਨ ਦੀ ਗੱਲ ਕਰ ਲਈਏ, ਭਗਵੰਤ ਮਾਨ ਹੋਣਾਂ 'ਤੇ ਵੀ ਇਹ ਇਲਜ਼ਾਮ ਲੱਗੇ ਸਨ। ਨੋ ਡਾਊਟ ਉਹ ਭਾਵੇਂ ਬਾਅਦ 'ਚੋਂ ਕਲੀਅਰ ਵੀ ਹੋਇਆ ਕਿ ਹਾਂ, ਕਿ ਜਿਵੇਂ ਉਹ ਕਹਿ ਰਹੇ ਸੀਗੇ ਕਿ ਜਿੰਨੀਆਂ ਵੀ ਰੈਲੀਆਂ ਕੀਤੀਆਂ ਜਾਂਦੀਆਂ ਨੇ ਉਹ ਸ਼ਰਾਬ ਪੀ ਕੇ ਜਾਂਦੇ ਨੇ, ਕੁਝ ਐਵੇਂ ਦੇ ਜਿਹੜੇ ਮਾਮਲੇ ਵੀ ਸਾਹਮਣੇ ਆਏ ਸਨ। ਤੁਹਾਨੂੰ ਕੀ ਲੱਗਦਾ ਹੈ ਕਿ ਪੋਲੀਟੀਕਲ ਲੀਡਰਸ ਦੀ ਜਿਹੜੀ ਇਨਵੋਲਵਮੈਂਟ ਹੈਗੀ ਹੈ ਜਾਂ ਜਿਹੜੇ ਇਲਜ਼ਾਮ ਲੱਗਦੇ ਨੇ ਪੋਲੀਟੀਕਲ ਲੀਡਰਸ 'ਤੇ, ਉਸ ਦਾਗ ਨੂੰ ਕਿਵੇਂ ਪੋਲੀਟੀਕਲ ਲੀਡਰਸ ਧੋ ਸਕਦੇ ਨੇ ਨਸ਼ਿਆਂ ਦੀ ਇਨਵੋਲਵਮੈਂਟ ਦੇ ਵਿੱਚ ਜਾਂ ਨਸ਼ੇ ਕਰਨ ਦੇ ਵਿੱਚ? ਦੇਖੋ ਇਸ ਤਰ੍ਹਾਂ, ਇਹ 'ਚ ਦੋ ਗੱਲਾਂ ਨੇ, ਆਪਾਂ ਨੂੰ ਲੈਟਸ ਬੀ ਵੈਰੀ ਵੈਰੀ ਕਲੀਅਰ ਐਂਡ ਓਨੈਸਟ। ਇਹਦੇ ਵਿੱਚ ਜਿੱਥੇ ਤੱਕ ਤਾਂ ਭਗਵੰਤ ਮਾਨ ਦਾ ਸਵਾਲ, ਮੈਂ ਭਗਵੰਤ ਮਾਨ ਨੂੰ ਕੋਈ ਡਿਫੈਂਡ ਨਹੀਂ ਕਰ ਰਿਹਾ, ਮੈਂ ਉਹਨਾਂ ਦੀ ਵਕਾਲਤ ਨਹੀਂ ਕਰ ਰਿਹਾ, ਪਰ ਲੈਟ ਮੀ ਬੀ ਵੈਰੀ ਕਲੀਅਰ, ਪੰਜਾਬ ਦੇ ਵਿੱਚ ਸ਼ਰਾਬ ਇਕੱਲੀ ਭਗਵੰਤ ਮਾਨ ਨਹੀਂ ਪੀਂਦੇ ਹੈਗੇ, ਪੰਜਾਬ ਦੇ ਵਿੱਚ ਤੁਸੀਂ ਡਾਟਾ ਚੱਕ ਕੇ ਦੇਖ ਲਓ, ਐਕਸਾਈਜ਼ ਡਿਪਾਰਟਮੈਂਟ ਦਾ 37 ਕਰੋੜ ਬੋਤਲਾਂ ਨੇ ਜਿਹੜੀਆਂ ਉਹ ਇੱਕ ਸਾਲ ਦੇ ਵਿੱਚ ਪੰਜਾਬ ਦੇ ਵਿੱਚ ਸ਼ਰਾਬ ਦੀਆਂ ਵਿਕ ਜਾਂਦੀਆਂ ਨੇ, ਅਤੇ ਸਰਕਾਰ ਆਪ ਹੀ ਐਕਸਾਈਜ਼ ਪਾਲਿਸੀ ਦੇ ਤਹਿਤ ਵਿਕਵਾਉਂਦੀ ਹੈ। ਔਰ ਦੂਜੀ ਗੱਲ, ਨਾ ਹੀ ਅੱਜ ਦੀ ਤਾਰੀਖ ਦੇ ਵਿੱਚ ਕੋਈ ਵੀ ਡੈਥ ਹੈ ਜਿਹੜੀ ਉਹ ਸ਼ਰਾਬ ਦੀ ਵਜ੍ਹਾ ਕਰਕੇ ਹੋ ਰਹੀ ਹੈ, ਇਹ ਸਿੰਥੈਟਿਕ ਦੀ ਡਰੱਗਸ ਦੀ ਵਜ੍ਹਾ ਕਰਕੇ, ਚਿੱਟੇ ਦੀ ਵਜ੍ਹਾ ਕਰਕੇ, ਮੈਡੀਕਲ ਜਿਹੜੇ ਨਸ਼ੇ ਨੇ ਉਹਨਾਂ ਦੀ ਵਜ੍ਹਾ ਕਰਕੇ ਉਹਨਾਂ ਵਜ੍ਹਾ ਕਰਕੇ ਰਹੀ ਹੈ। ਘੁਮਾ ਫਿਰਾ ਕੇ ਮੀਡੀਆ ਦੇ ਕੁਝ ਸਾਥੀ ਜਾਂ ਪੋਲੀਟੀਕਲ ਲੋਕ ਨੇ ਜਿਹੜੇ ਉਹ ਲਿਆਉਂਦੇ ਨੇ ਭਗਵੰਤ ਮਾਨ 'ਤੇ, ਕਿਉਂ ਵੀ ਭਗਵੰਤ ਮਾਨ ਦਾ ਅੱਜ ਤੱਕ ਕਦੇ ਤੁਸੀਂ ਇਹ ਸੁਣਿਆ ਕਿ ਭਗਵੰਤ ਮਾਨ ਦਾ ਨਾਮ ਕਦੇ ਕਿਸੇ ਡਰੱਗ ਤਸਕਰ ਨੂੰ ਛਡਾਉਣ ਦੇ ਵਿੱਚ ਜਾਂ ਬਚਾਉਣ ਦੇ ਵਿੱਚ ਆਇਆ ਹੋਵੇ? ਨਾ, ਇੱਕ ਪਰਸਨਲ ਆਪਦੀ ਲਾਈਫ ਦੇ ਵਿੱਚ ਅਗਲਾ ਪੀਂਦਾ ਜਾਂ ਨਹੀਂ ਪੀਂਦਾ ਮੈਨੂੰ ਨਹੀਂ ਪਤਾ ਹੈਗਾ, ਪਰ ਤੁਸੀਂ ਅਗਲੇ ਦੀ ਪਰਸਨਲ ਲਾਈਫ ਨੂੰ ਦਾ ਖਿਲਾਰਾ ਸਿਆਸੀ ਲੀਡਰ ਨੇ ਅਕਾਲੀ ਦਲ ਤੇ ਬੀਜੇਪੀ ਵਾਲੇ ਉਸ ਇਨਸਾਨ ਦੀ ਪਰਸਨਲ ਲਾਈਫ ਦਾ ਜਿਹਦੇ ਉੱਪਰ ਨਾ ਅੱਜ ਤੱਕ ਕੋਈ ਕਰਪਸ਼ਨ ਦਾ, ਨਾ ਕਰੈਕਟਰਲੈਸਨੈਸ ਦਾ, ਨਾ ਕਿਸੇ ਦੇ ਉੱਪਰ ਗਲਤ ਪਰਚਾ ਕਰਾਉਣ ਦਾ, ਨਾ ਕਿਸੇ ਦੇ ਧੀਆ ਪੁੱਤ ਨੂੰ ਨਸ਼ਿਆਂ ਦੇ ਉੱਪਰ ਲਾਉਣ ਦਾ, ਭਗਵੰਤ ਮਾਨ ਦੇ ਉੱਪਰ ਅੱਜ ਤੱਕ ਕੋਈ ਇਲਜ਼ਾਮ ਨਹੀਂ ਲੱਗਿਆ ਹੈਗਾ। ਅਗਲਾ ਸ਼ਾਮ ਨੂੰ 2 ਪੈਗ ਲਗਾਉਂਦਾ ਜਾਂ ਨਹੀਂ ਲਗਾਉਂਦਾ, ਉਸ ਚੀਜ਼ ਦਾ ਖਿਲਾਰਾ ਜਿਹੜਾ ਅਕਾਲੀ ਦਲ, ਬੀਜੇਪੀ ਵਾਲੇ, ਕਾਂਗਰਸ ਵਾਲੇ ਉਹ ਲੋਕਾਂ ਦੇ ਵਿੱਚ ਪਾ ਦਿੰਦੇ ਨੇ, ਜਦਕਿ ਕਾਂਗਰਸ ਤੇ ਅਕਾਲੀ ਦਲ ਦੇ ਲੀਡਰਾਂ ਦੀ ਜੇ ਲਿਸਟ ਬਣਾਉਣ ਲੱਗੀਏ ਜਿਨ੍ਹਾਂ ਨੇ ਲੋਕਾਂ ਦੇ ਬੱਚਿਆਂ ਨੂੰ, ਗਰੀਬਾਂ ਦੇ ਬੱਚਿਆਂ ਨੂੰ ਚਿੱਟੇ ਦੇ ਵਿੱਚ, ਮੈਡੀਕਲ ਨਸ਼ੇ ਦੇ ਵਿੱਚ ਪਾ ਪਾ ਕੇ ਲੋਕਾਂ ਦੇ ਘਰ ਉਜਾੜ ਦਿੱਤੇ, ਉਹਨਾਂ ਤੇ ਸਵਾਲ ਕੋਈ ਨਹੀਂ ਕਰਦਾ। ਸੋ ਮੇਰੀ ਤੁਹਾਡੇ ਮਾਧਿਅਮ ਰਾਹੀਂ ਅੱਜ ਸਾਰੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਆਪਾਂ ਸੱਚਾਈ ਜੋ ਹੈ ਉਹਨੂੰ ਪਛਾਣੀਏ। ਮੈਂ ਅੱਜ ਇਸ ਗੱਲ ਦੇ ਲਈ ਅੱਗੇ ਆਇਆ, ਹੁਣ ਇਹਦਾ ਮਤਲਬ ਇਹ ਨਹੀਂ ਕਿ ਜੇ ਮੈਂ ਡੋਪ ਟੈਸਟ ਕਰਾ ਲਿਆ ਤੇ ਕੱਲ ਨੂੰ ਮੈਂ ਆਪਦੇ ਹਲਕੇ ਦੇ ਵਿੱਚ ਜਾ ਕੇ ਮੈਂ ਉਹਦੇ ਉੱਥੇ ਡਰੱਗ ਤਸਕਰਾਂ ਨੂੰ ਬਚਾਉਣ ਲੱਗ ਜਾ ਤੇ ਮੈਂ ਦੁੱਧ ਦਾ ਧੋਲਾ ਹੋ ਗਿਆ। ਨਾ, ਆਪਾਂ ਨੂੰ ਸੱਚ ਨੂੰ ਸੱਚ, ਗਲਤ ਨੂੰ ਗਲਤ, ਸਹੀ ਨੂੰ ਸਹੀ ਕਹਿਣਾ ਪਊਗਾ, ਤਾਂ ਜਾ ਕੇ ਪੰਜਾਬ ਦੀ ਜਵਾਨੀ ਬਚੂਗੀ। ਠੀਕ ਹੈ ਅਰੋੜਾ ਸਾਹਿਬ, ਬਹੁਤ ਵਧੀਆ ਤੁਸੀਂ ਐਕਸਪਲੇਨ ਵੀ ਕਰਤਾ ਕਿ ਭਗਵੰਤ ਮਾਨ 'ਤੇ ਕੋਈ ਇਲਜ਼ਾਮ ਨਹੀਂ ਹੈਗਾ, ਪਰ ਸੁਖਪਾਲ ਸਿੰਘ ਖਹਿਰਾ ਹੋਣਾਂ 'ਤੇ ਤਾਂ ਇਲਜ਼ਾਮ ਲੱਗੇ ਸੀ ਨਾ। ਸੁਖਪਾਲ ਸਿੰਘ ਖਹਿਰਾ, ਬੇਸ਼ੱਕ ਉਹ ਕੋਰਟ ਦੇ ਵਿੱਚ ਕੇਸ ਵੀ ਚੱਲਦਾ ਪਿਆ ਜਾਂ ਜੋ ਵੀ ਹੈ, ਉਹਨਾਂ ਨੂੰ ਥੋੜ੍ਹੀ ਰਾਹਤ ਵੀ ਦਿੱਤੀ ਗਈ ਹੈ, ਪਰ ਇਲਜ਼ਾਮ ਤਾਂ ਉਹਨਾਂ 'ਤੇ ਵੀ ਲੱਗੇ ਸੀ ਜਿਹੜੇ ਡਰੱਗ ਪੈਡਲਰਸ ਹੈਗੇ ਨੇ, ਉਹਨਾਂ ਦੇ ਨਾਲ ਇਨਵੋਲਵਮੈਂਟ ਦੀ। ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹਨਾਂ ਦੇ 'ਚ ਇਲਜ਼ਾਮ ਲੱਗੇ ਸੀਗੇ, ਇੱਕ ਲੋਕਲ ਕੋਰਟ ਨੇ ਲਗਾਏ ਸੀਗੇ ਅਤੇ ਉਹਦਾ ਰਿਲੀਫ ਹੈ ਜਿਹੜਾ ਉਹ ਸੁਖਪਾਲ ਸਿੰਘ ਖਹਿਰਾ ਨੂੰ ਸੁਪਰੀਮ ਕੋਰਟ ਆਫ ਇੰਡੀਆ, ਹਿੰਦੁਸਤਾਨ ਦੀ ਸਭ ਤੋਂ ਵੱਡੀ ਕੋਰਟ ਦੇ ਵਿੱਚੋਂ ਮਿਲ ਚੁੱਕਿਆ, ਪ੍ਰੋਸੀਡਿੰਗ ਸਟੇਅ ਨੇ। ਮੈਂ ਨਾ ਸੁਖਪਾਲ ਸਿੰਘ ਖਹਿਰਾ ਨੂੰ ਅਪੋਜ਼ ਕਰ ਰਿਹਾ, ਨਾ ਡਿਫੈਂਡ ਕਰ ਰਿਹਾ, ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਕੋਈ ਵੀ ਵਿਅਕਤੀ ਜਿਹੜਾ ਇਸ ਕੰਮ ਦੇ ਵਿੱਚ, ਇਸ ਡਰੱਗ ਟ੍ਰੇਡ ਦੇ ਵਿੱਚ ਪਾਇਆ ਜਾਂਦਾ, ਚਾਹੇ ਉਹ ਕੋਈ ਛੋਟਾ ਚਾਹੇ ਵੱਡਾ, ਚਾਹੇ ਕੱਲ੍ਹ ਨੂੰ ਅਮਨ ਅਰੋੜਾ, ਕੋਈ ਲਿਹਾਜ਼ ਨਾ ਕਰੋ ਅਮਨ ਅਰੋੜੇ ਨਾਲ, ਪਰ ਅੱਜ ਤੱਕ ਈਡੀ ਦੀਆਂ ਰਿਪੋਰਟਾਂ ਦੇ ਵਿੱਚ ਦੇਖ ਲਓ, SIT ਦੇ ਵਿੱਚ ਦੇਖ ਲਓ, STF ਦੇ ਵਿੱਚ ਦੇਖ ਲਓ, ਚਟੋਪਾਧਿਆਇ ਦੀ ਰਿਪੋਰਟ ਦੇਖ ਲਓ, ਕਿੰਨੇ ਲੀਡਰਸ ਦੇ ਨਾਮ ਆ ਚੁੱਕੇ ਨੇ, ਸਰਕਾਰਾਂ ਉਹਨਾਂ ਨੂੰ ਬਚਾਉਂਦੀਆਂ ਆ ਰਹੀਆਂ ਨੇ। ਸੁਖਪਾਲ ਸਿੰਘ ਖਹਿਰਾ ਜਿਸ ਤਰੀਕੇ ਦੇ ਨਾਲ ਸਰਕਾਰ ਨਾਲ ਹੈੱਡ ਔਨ ਲੜਾਈ ਲੜਦੇ ਨੇ, ਤੇ ਜੇ ਸਰਕਾਰ ਦੇ ਹੱਥ ਪੱਲੇ ਕੁਛ ਵੀ ਸਹੀ ਹੋਵੇ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ਼, ਤੇ ਉਹਨੂੰ ਸੁਖਪਾਲ ਸਿੰਘ ਖਹਿਰਾ ਬਿਹਾਈਂਡ ਬਾਰ ਸਲਾਖਾਂ ਦੇ ਪਿੱਛੇ ਹੋਣੇ ਚਾਹੀਦੇ ਸੀਗੇ। ਜੇ ਉਹ ਸਹੀ ਨੇ, ਸੱਚੇ ਨੇ, ਤਾਂ ਹੀ ਸੁਪਰੀਮ ਕੋਰਟ ਆਫ ਇੰਡੀਆ ਨੇ ਉਹਨਾਂ ਨੂੰ ਰਿਲੀਫ ਦਿੱਤਾ। ਹਾਂ, ਉਸ ਤੋਂ ਬਾਅਦ ਜੋ ਵੀ ਕੋਰਟ ਦਾ ਫੈਸਲਾ ਹੋਏਗਾ ਹਿੰਦੁਸਤਾਨ ਦੀ ਕਿਸੇ ਵੀ ਕੋਰਟ ਦਾ, ਉਹ ਸੁਖਪਾਲ ਸਿੰਘ ਖਹਿਰਾ ਨੂੰ ਵੀ ਔਰ ਸਾਨੂੰ ਵੀ ਉਹ ਮਨਜ਼ੂਰ ਹੋਏਗਾ। ਪਰ ਬਿਯੋਂਡ, ਯੂ ਸ਼ੁੱਡ ਨਾਟ ਜੰਪ ਦਾ ਗੰਸ, ਬਿਨਾਂ ਕਿਸੇ ਗੱਲ ਦੇ, ਬਿਨਾਂ ਕਿਸੇ ਸਬੂਤ ਦੇ, ਇੱਕ ਝੂਠੀ ਕੰਪਲੇਂਟ ਦੇ ਉੱਪਰ ਜਾਂ ਪਰਚੇ ਦੇ ਉੱਪਰ ਆਪਾਂ ਆਪਦੇ ਸਿਆਸੀ ਵਿਰੋਧੀਆਂ ਨੂੰ, ਸੁਖਪਾਲ ਖਹਿਰਾ ਉਹਨਾਂ ਨੂੰ ਬਦਨਾਮ ਕਰਨਾ ਸ਼ੁਰੂ ਕਰਦੇ ਤਾਂ ਇਹ ਸਾਨੂੰ ਮਨਜ਼ੂਰ ਨਹੀਂ ਹੈ। ਬਿਲਕੁਲ ਅਰੋੜਾ ਜੀ, ਠੀਕ ਹੈ, ਆਮ ਆਦਮੀ ਪਾਰਟੀ ਨੇ ਵੀ ਸਟੈਪ ਚੱਕ ਲਿਆ, ਕਾਂਗਰਸ ਪਾਰਟੀ ਦੇ ਵੀ ਕਈ ਆਗੂ ਅੱਗੇ ਆਏ,
ਅਕਾਲੀ ਦਲ ਤੁਹਾਨੂੰ ਕਿਉਂ ਲੱਗ ਰਿਹਾ ਕਿ ਉਹ ਪਿੱਛੇ ਰਹਿ ਗਿਆ? ਸੁਖਬੀਰ ਸਿੰਘ ਬਾਦਲ ਉਹਨਾਂ ਨੇ ਇੱਕ ਬਿਆਨ ਦਿੱਤਾ ਹੁਣ ਤੋਂ ਥੋੜ੍ਹੀ ਦੇਰ ਪਹਿਲਾਂ, ਉਹਨਾਂ ਕਿਹਾ ਕਿ ਜੀ ਇੱਕ ਸਿਰਫ ਇੱਕ ਸਿਆਸੀ ਡਰਾਮਾ ਹੈਗਾ, ਇੱਕ ਹੋੜ ਲੱਗ ਗਈ ਹੈ ਇੱਕ ਕ੍ਰੈਡਿਟ ਲੈਣ ਦੀ, ਇਸ ਕਰਕੇ ਇਹ ਫੈਸਲਾ ਲਿਆ ਗਿਆ। ਔਰ ਕਈ ਅਸੀਂ ਆਗੂਆਂ ਦੇ ਨਾਲ ਸਵੇਰ ਤੋਂ ਗੱਲ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਆਪਣਾ ਖਾਸ ਤੌਰ 'ਤੇ ਅਕਾਲੀ ਆਗੂ ਜਿਹੜੇ ਹੈਗੇ ਨੇ ਵਿਰਸਾ ਸਿੰਘ ਵਟੋਹਾ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ। ਜਦੋਂ ਉਹਨਾਂ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਤੁਸੀਂ ਡੋਪ ਟੈਸਟ ਕਰਵਾਓਗੇ ਜਾਂ ਜਾਓਗੇ, ਤਾਂ ਉਹਨਾਂ ਨੇ ਕੋਈ ਇਸ ਦਾ ਜਵਾਬ ਨਹੀਂ ਦਿੱਤਾ। ਕਿਉਂ ਪਰਦਾ ਪਾਇਆ ਜਾ ਰਿਹਾ ਜਾਂ ਕਿਉਂ ਇਸ ਨੂੰ ਇਹ ਦੱਸਿਆ ਜਾ ਰਿਹਾ ਕਿ ਇੱਕ ਕ੍ਰੈਡਿਟ ਲੈਣ ਦੀ ਹੋੜ ਹੈ, ਜਦਕਿ ਫੈਸਲਾ ਤਾਂ ਨੋ ਡਾਊਟ ਬਹੁਤ ਵਧੀਆ ਲਿਆ ਗਿਆ ਨਾ? ਦੇਖੋ ਵਾਸੂ ਜੀ, ਗੱਲ ਇਹ ਹੈ ਕਿ ਜੇ ਕੋਈ ਵੀ ਪੋਲੀਟੀਕਲ ਲੀਡਰ ਇਸ ਨੂੰ ਇਸ ਗੱਲ ਨਾਲ ਕਹਿੰਦਾ ਕਿ ਕ੍ਰੈਡਿਟ ਲੈਣ ਦੀ ਹੋੜ ਹੈ, ਤਾਂ ਮੈਂ ਸਮਝਦਾ ਕਿ ਭਾਈ ਤੁਸੀਂ ਵੀ ਕ੍ਰੈਡਿਟ ਲੈ ਲਓ, ਸਾਰੇ ਲੈ ਲਓ, ਨੰਬਰ ਇੱਕ। ਔਰ ਇਹ ਤਾਂ ਹੈ ਉਹਨਾਂ ਦੀ ਗੱਲ ਦਾ ਜਵਾਬ, ਇੱਕ ਸਿਆਸੀ ਦਿਵਾਲੀਆਪਨ ਦੀ ਨਿਸ਼ਾਨੀ ਹੈ। ਮੈਂ ਇਹ ਮੰਨ ਕੇ ਚੱਲਦਾ ਕਿ ਜੇ ਅੱਜ ਮੈਂ ਡੋਪ ਟੈਸਟ ਕਰਾ ਕੇ ਆਇਆ, ਮੈਂ ਕੋਈ ਕ੍ਰੈਡਿਟ ਲੈਣ ਲਈ ਆ, ਮੇਰੀ ਛਾਤੀ ਚੌੜੀ ਨਹੀਂ ਹੋਈ ਹੈਗੀ ਜੇ ਸਹੀ ਮੰਨੋ, ਤੇ ਮੇਰਾ ਦਿਲ ਹੈ ਜਿਹੜਾ ਅੱਜ ਦੁੱਖ ਰਿਹਾ, ਉਹ ਕਿਉਂ ਦੁੱਖ ਰਿਹਾ? ਕਿਉਂਕਿ ਸਿਆਸੀ ਲੋਕ, ਸਿਆਸੀ ਲੀਡਰ, MLA MP ਜਿਹੜੇ ਕਿ ਰੋਲ ਮਾਡਲ ਹੋਣੇ ਚਾਹੀਦੇ ਨੇ ਲੋਕਾਂ ਦੇ ਵਿੱਚ ਕਿ ਮੈਂ ਉਸ ਤਰ੍ਹਾਂ ਦਾ ਬਣਨਾ ਜਾਂ ਮੇਰਾ ਬੱਚਾ ਫਲਾਣੇ ਲੀਡਰ ਵਾਂਗੂ ਬਣੇ, ਅੱਜ ਉਹਨਾਂ ਨੂੰ ਆਪਦੇ ਦਾਮਨ ਤੇ, ਪੋਲੀਟੀਕਲ ਕਲਾਸ ਦੇ ਉੱਪਰ, ਜਿਹੜਾ ਲੀਡਰਾਂ ਦੇ ਉੱਪਰ ਦੇ ਦਾਮਨ ਦੇ ਉੱਪਰ ਇੱਕ ਛਿੱਟੇ ਕਲੰਕ ਦੇ ਪਏ ਹੋਏ ਨੇ, ਉਹਨਾਂ ਨੂੰ ਧੋਣ ਦੇ ਲਈ ਸਾਡੇ ਵਰਗਿਆਂ ਨੂੰ ਡੋਪ ਟੈਸਟ ਕਰਾਉਣੇ ਪੈ ਰਹੇ ਨੇ। ਮੈਂ ਸ਼ਰਮ ਸਮਝਦਾ ਕਿ ਕ੍ਰੈਡਿਟ ਨਹੀਂ ਮਿਲਿਆ ਹੈਗਾ ਮੈਨੂੰ, ਸਾਡੀ ਪੋਲੀਟੀਕਲ ਕਲਾਸ ਨੂੰ ਤਾਂ ਸ਼ਰਮਸਾਰ ਹੋਣ ਦੀ ਗੱਲ ਹੈ, ਸਾਡੇ ਲਈ ਕਲੰਕਿਤ ਹੋਣ ਵਾਲੀ ਗੱਲ ਹੈ ਕਿ ਸਾਨੂੰ ਆਪਦੀ ਸਫਾਈ ਹੈ ਜਿਹੜੀ ਉਹ ਇੱਕ ਸਰਕਾਰੀ ਹਸਪਤਾਲਾਂ ਦੇ ਵਿੱਚ ਜਾ ਕੇ ਡੋਪ ਟੈਸਟ ਕਰਾਉਣ ਕੇ ਦੇਣੀ ਪੈ ਰਹੀ ਹੈ, ਇਹ ਕੋਈ ਕ੍ਰੈਡਿਟ ਨਹੀਂ ਹੈ ਜੀ। ਮੈਂ ਸਮਝਦਾ ਕਿ ਮੇਰੇ ਲਈ ਇਹ ਸ਼ਰਮ ਦੀ ਗੱਲ ਹੈ ਕਿ ਸਾਡੇ ਵਰਗੇ ਪੋਲੀਟੀਕਲ ਲੋਕ ਜਿਹੜੇ ਇਮਾਨਦਾਰੀ ਦੇ ਨਾਲ, ਵਫਾਦਾਰੀ ਦੇ ਨਾਲ, ਬਿਨਾਂ ਕਿਸੇ ਨਸ਼ੇ ਪੱਤੇ ਤੋਂ, ਬਿਨਾਂ ਕਰਪਸ਼ਨ ਤੋਂ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਆ, ਤੇ ਉਹਨਾਂ ਲੋਕਾਂ ਨੂੰ ਵੀ ਜਾ ਕੇ ਸਿਰਫ ਲੋਕਾਂ ਦੀ ਕਚਹਿਰੀ ਦੇ ਵਿੱਚ ਸੱਚੇ ਬਣਨ ਦੇ ਲਈ ਡੋਪ ਟੈਸਟ ਕਰਾਉਣਾ ਪਵੇ, ਇਹ ਕ੍ਰੈਡਿਟ ਕਿੱਥੋਂ ਦਾ ਹੋਇਆ ਜੀ? ਇਹ ਸ਼ਰਮਸਾਰ ਹੋਣ ਵਾਲੀ ਗੱਲ ਹੈ, ਤੇ ਮੈਂ ਸਮਝਦਾ ਕਿ ਇਹਦੇ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ ਹੈ ਭਾਈ ਸਾਹਿਬ, ਇਹਦੇ ਲਈ ਸਾਡੇ ਕੁਛ ਕੁ ਸਿਆਸੀ ਲੋਕ ਹੀ ਜ਼ਿੰਮੇਵਾਰ ਨੇ, ਜਿਨ੍ਹਾਂ ਦੀ ਪੈਸੇ ਦੀ ਹਵਸ ਹੈ ਜਿਹੜੀ ਉਹ ਸਾਰੀਆਂ ਹੱਦਾਂ ਬੰਨੇ ਟੱਪ ਕੇ ਉਹਨਾਂ ਨੇ ਸਹੀ ਨਹੀਂ ਦੇਖਿਆ, ਗਲਤ ਨਹੀਂ ਦੇਖਿਆ, ਅੱਜ ਘਰਾਂ ਦੇ ਘਰ ਉਜਾੜਾ ਕਰ ਦਿੱਤੇ ਉਹਨਾਂ ਨੇ, ਇਹ ਉਹ ਸਿਰਫ ਸਿਆਸੀ ਹਵਸ ਹੈ, ਪੈਸੇ ਦੀ ਹਵਸ ਹੈ ਜਿਹੜੀ, ਉਹਦੀ ਵਜ੍ਹਾ ਕਰਕੇ ਅੱਜ ਇਹ ਹਾਲਾਤ ਬਣੇ ਪਏ ਨੇ। ਠੀਕ ਹੈ, ਅਰੋੜਾ ਜੀ, ਇੰਡੀਆ ਨਿਊਜ਼ ਪੰਜਾਬ ਦੇ ਨਾਲ ਗੱਲਬਾਤ ਕਰਨ ਦੇ ਲਈ, ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਸੋ ਅਮਨ ਅਰੋੜਾ, ਉਹਨਾਂ ਦਾ ਸਾਫ਼ ਤੌਰ 'ਤੇ ਇਹ ਕਹਿਣਾ ਹੈ ਕਿ ਇੱਕ ਸ਼ਰਮਨਾਕ ਗੱਲ ਹੈ ਕਿ ਜੇਕਰ ਉਹਨਾਂ ਨੂੰ ਅੱਜ ਡੋਪ ਟੈਸਟ ਕਰਵਾਉਣ ਦੇ ਲਈ ਹਸਪਤਾਲ ਜਾਣਾ ਪਿਆ, ਇਹ ਇੱਕ ਪੋਲੀਟੀਕਲ ਜਿਹੜੀ ਕਲਾਸ ਜਿਹੜੀ ਹੈਗੀ ਹੈ ਉਹਨਾਂ ਦੇ ਲਈ ਇੱਕ ਸ਼ਰਮਨਾਕ ਗੱਲ ਹੈ ਕਿ ਸਿਆਸੀ ਲੀਡਰਾਂ ਨੂੰ ਅੱਗੇ ਆਉਣਾ ਪੈ ਰਿਹਾ ਕਿ ਆਪਣਾ ਇੱਕ ਦੱਸਣ ਦੇ ਲਈ ਕਿ ਅਸੀਂ ਨਸ਼ਾ ਨਹੀਂ ਕਰਦੇ। ਬਾਕੀ ਹਾਲਾਂਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕਈ ਲੀਡਰਸ ਅੱਗੇ ਆਏ ਨੇ, ਡੋਪ ਟੈਸਟ ਕਰਵਾਇਆ ਉਹਨਾਂ ਨੇ, ਜੋਗਿੰਦਰ ਪਾਲ ਜਿਹੜੇ ਭੋਆ ਤੋਂ ਵਿਧਾਇਕ ਹੈਗੇ ਨੇ ਉਹ ਵੀ ਅੱਗੇ ਆਏ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਹਾਲਾਂਕਿ ਉਹਨਾਂ ਦਾ ਡੋਪ ਟੈਸਟ ਨਹੀਂ ਹੋ ਸਕਿਆ ਉਹ ਵੀ ਅੱਗੇ ਆਏ, ਅਮਨ ਅਰੋੜਾ ਜਿਹੜੇ ਹੁਣੇ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਉਹ ਵੀ ਅੱਗੇ ਆਏ, ਉਹਨਾਂ ਨੇ ਡੋਪ ਟੈਸਟ ਕਰਵਾਇਆ। ਪਰ ਕਿਤੇ ਨਾ ਕਿਤੇ ਵਾਕਈ ਜਿਵੇਂ ਅਰੋੜਾ ਸਾਹਿਬ ਇਹ ਕਹਿ ਰਹੇ ਸਨ ਕਿ ਇੱਕ ਸ਼ਰਮਨਾਕ ਗੱਲ ਹੈਗੀ ਹੈ ਕਿ ਪੋਲੀਟੀਕਲ ਲੀਡਰਸ ਦੇ ਇੱਕ ਧੱਬਾ ਕਿਹਾ ਜਾ ਸਕਦਾ ਹੈ ਕਿ ਉਹਨਾਂ ਨੂੰ ਅੱਗੇ ਆਉਣਾ ਪੈ ਰਿਹਾ ਹੈ ਡੋਪ ਟੈਸਟ ਕਰਵਾਉਣ ਦੇ ਲਈ, ਆਪਣੀ ਦੱਸਣ ਦੇ ਲਈ ਕਿ ਅਸੀਂ ਕੋਈ ਨਸ਼ਾ ਨਹੀਂ ਕਰਦੇ।